पडुला इलाहा इल् लल्ला पडुला इलाहा इल् लल्ला हेमो मद् सरोवर सल्ले अल्ला हेमोहम्मद् सरोवर सल् ले इलाहा इल् लल्ला पडुला इलाहा اللہ ہے محمد سرور صلی اللہ علیہ اللہ اوز باللہ من الشیطان الرجیم بسم اللہ الرحمن الرحیم میرے دوستو تے میرے اسلامی بہن بھائیو ہن رمضان شریف دا مہینہ آ رہا ہے شیطان نو تو ویسے جکڑ بند مار دے نے اللہ تعالی ٹھیک ہے شیطان تے سمجھو قابو آ گیا تے ہن ਨੇਕੀਆਂ ਕਮਾਉਣ ਦਾ ਨੇਕ ਬਣਨ ਦਾ ਮੌਕਾ ਸਾਡੇ ਹੱਥੋਂ ਜਾਣ ਨਹੀਂ ਚਾਹੀਦਾ ਤੇ ਅੱਜ ਤੁਹਾਨੂੰ ਮੈਂ ਐਸਾ ਵਜ਼ੀਫਾ ਦੱਸਣ ਲੱਗਾ ਜਿਹਦੇ دل ਲੁਪੇ ਜ਼ੰਗ ਚੰਮੜਿਆ ਹੈ ਨਾ ਉਹਨੂੰ ਖੁਦ ਸਕੂਰਤੇ ਨੂਰ ਨਾਲ ਅੱਲਾਹ ਦਾ ਤੁਹਾਨੂੰ ਮੈਂ ਤਰੀਕਾ ਦੱਸਣਾ ਹੈ। ਉਹ ਦਿਲ ਵਿੱਚ ਨੂਰ ਕਾਇਆ ਪੈਦਾ ਹੁੰਦਾ ਹੈ ਦਿਲ ਕਿਵੇਂ ਨੂਰ ਬਣਾਉਂਦਾ ਠੀਕ ਹੈ। ਇਹ ਤੁਸੀਂ ਮੈਂ ਤੁਹਾਨੂੰ ਜ਼ਿਕਰ ਕਰਕੇ ਦੱਸਣਾ ਤੇ ਫਿਰ ਤੁਸੀਂ ਇਸ ਨੇ ਜ਼ਿਕਰ ਕਰਨਾ ਇਨਸ਼ਾਅੱਲਾ। 10 ਤੋਂ 15 ਮਿੰਟ ਹਰ ਰੋਜ਼ 5 ਮਿੰਟ ਤੋਂ ਸ਼ੁਰੂ ਕਰਕੇ 10-15 ਮਿੰਟ ਅੱਧਾ ਘੰਟਾ ਕਰਿਆ ਕਰੋ ਤੇ ਦੇਖਣਾ ਰਮਜ਼ਾਨ ਸ਼ਹੀਦ ਦੇ ਵਿੱਚ ਉਹ ਤੁਹਾਡੇ ਦਿਲ ਦੀ ਮੈਲ ਬਿਲਕੁਲ ਸਾਫ਼ ਨੂਰਮ ਨੂਰ ਹੋ ਜਾਗਾ ਤੁਹਾਡੇ ਦਿਲ ਤੇ ਮੇਰੇ ਦੋਸਤੋ ਕਰਨਾ ਕੀ ਇਸ ਆਸਨਾ ਸਨ ਮਾਰ ਕੇ ਬਹਿ ਕੇ ਤੁਸੀਂ ਰਾਮਨਾਥ ਚੌਂਕੜੀ ਮਾਰ ਕੇ ਬਹਿ ਜਾਣਾ ਜਿਸ ਤਰ੍ਹਾਂ ਯਾਤਰੀ ਬੰਦੇ ਇਸ ਤਰ੍ਹਾਂ ਬੈਹੋ ਜਿਸ ਤਰ੍ਹਾਂ ਵੀ ਬੈਣਾ ਤੁਸੀਂ ਬਹਿ ਕੇ ਅੱਖਾਂ ਬੰਦ ਕਰ ਲੈਣੀਆਂ ਦਿਲ ਤੇ ਤਸਵਰ ਕਰਕੇ ਸਿਰਫ ਇਸ ਜਗ੍ਹਾ ਤੇ ਹੋਰ ਕਿਸੇ ਚੀਜ਼ਾਂ ਦਾ ਤੁਸੀਂ ਨਹੀਂ ਗੌਰ ਕਰਨਾ ਇਨਸ਼ਾਅੱਲਾ ਤਾਲਾ ਚਾਹੇ ਤੁਹਾਡੇ ਲਤਾਇਫ ਵੀ ਰਹਿਣ ਲਤਾਇਫ ਉਹ ਵੀ ਤੁਹਾਡੇ ਨੂਰ ਮਨੂਰ ਹੋ ਜਾਣਗੇ ਜੇ ਤਾਮਦਾਰ ਤਾਂ ਉਹਨਾਂ ਨੂੰ ਤੁਸੀਂ ਜਾਣ ਕਰੋ ਨਾ ਕਰੋ ਤੁਹਾਡੇ ਨੂਰ ਇਨਸ਼ਾਅੱਲਾ ਉਹਨਾਂ ਨੂੰ ਪਹੁੰਚੇਗਾ ਤੇ ਕਰਨਾ ਕੀ ਮੇਰੇ ਬੱਚਿਓ ਅੱਖਾਂ ਬੰਦ ਕਰਕੇ ਦਿਲ ਤੋਂ ਉੱਤੇ ਤਸਵਰ ਕਰਕੇ ਅੱਖਾਂ ਬੰਦ ਕਰ ਲੈਣੀ ਹੈ ਤੇ ਦੇਖੋ ਜਿਸ ਤਰ੍ਹਾਂ ਮੈਂ ਕਰ ਲਿਆ ਇਸ ਤਰ੍ਹਾਂ ਜ਼ਿਕਰ ਕਰਨਾ ਪਹਿਲੇ ਜ਼ਰ ਮਾਰਨੀ ਦਿਲ ਦੇ ਆਸਾੜ ਤੇ ਫਿਰ ਇਸ ਪਾਸੇ ਫਿਰ ਥੱਲੇ ਫਿਰ ਉੱਤੇ ਚਾਰ ਜ਼ਰਬਾ ਮਾਰੋ ਦਿਲ ਦੇ ਉੱਤੇ ਚਾਰ ਸਵੇਰੇ ਨੂੰ ਖੁਰਚ ਖੁਰਚ ਕੇ ਜਿਹੜਾ ਨੂਰ ਨਾਲ ਤੁਸੀਂ ਉਹਦਾ ਜ਼ਮਾਲ ਲੈਣੀ ਦਿਲ ਦੇ ਉੱਤੇ जिक्र मैं करना जिक्र करना है इसमल अल्ला खाली अल्लाह पढ़ना है तो पढ़ के तहत दसना किस तरह पढ़ना है। <coughs> लो बच्चों देखो जरा रहमान रहीम ਓ ਬੱਚੋ ਦੇਖੋ ਇਸ ਤਰ੍ਹਾਂ ਪਹਿਲੇ ਇਧਰ ਜ਼ਰ ਮਾਰੋ ਫਿਰ ਐ ਸਾਈਡ ਤੇ ਫਿਰ ਖੁਰਚ ਖੁਰਚ ਕੇ ਨੂਰ ਨਾਲ ਤੁਸੀਂ ਨੂਰ ਦੀ ਤੁਸੀਂ ਖੁਰਪੀ ਬਣਾਣੀ ਨੂਰ ਦੀ ਖੁਰਪੀ ਬਣਾ ਕੇ ਆਏ ਮੈਂ ਇਸ ਤਰ੍ਹਾਂ ਛਲ ਛਲ ਕੇ ਨਾ ਇਸ ਨਾਲ ਖੁਰਚ ਖੁਰਚ ਕੇ ਚਾਰ ਸਵਰਾ ਜ਼ੰਗ ਲਾ ਦੇਣਾ ਇਨਸ਼ਾਅਰ ਜ਼ੰਗ ਟੜਾ ਲਾ ਜਾਏਗਾ ਤੁਹਾਡਾ ਨੂਰੀ ਨੂਰ ਹੋ ਜਾਏਗਾ ਚਾਰ ਸਫੇਰੇ ਤੇ ਮੇਰੇ ਬੱਚੋ ਫਿਰ ਤੁਹਾਡਾ ਦਿਲ ਤੇ ਨੂਰ ਪੈਦਾ ਹੋ ਜਾਏਗਾ ਨੂਰ ਬਣਾਉਣ ਦਾ ਤੁਹਾਡੇ ਚ ਤੁਹਾਡੇ ਦਿਲ ਨੂੰ ਤਰੀਕਾ ਆ ਜਾਏਗਾ ਤੇ ਫਿਰ ਸਾਰੇ ਰਤਾਇਫੇ ਨੂਰਮ ਨੂਰ ਹੋ ਜਾਣਗੇ ਸਾਰੇ ਤੋਂ ਤਾਇਫ ਨੂਰਮ ਨੂਰਾ ਹੋ ਗਿਆ ਤਾਂ ਫਿਰ ਕੀ ਬਾਤ ਹੈ ਤੁਹਾਡਾ ਹਰ ਅੰਗ-ਅੰਗ ਤੁਹਾਡਾ ਅੱਲਾਹ ਅੱਲਾਹ ਕਰਦਾ ਫਿਰੇਗਾ ਫਿਰ ਉਹ ਬੱਚੋ ਇਹਨੂੰ ਕਰੋ ਰਮਜ਼ਾਨ ਸ਼ਰੀਫ ਆ ਰਿਹਾ ਹੈ ਤੇ ਫਿਰ ਤੁਸੀਂ ਪੜ੍ਹ ਕੇ ਇਨਸ਼ਾਅੱਲਾ ਤੁਸੀਂ ਆਪਣਾ ਜ਼ੰਗ ਵੀ ਲਾਓ ਤੇ ਨਾਲ ਦੁਆ ਵੀ ਮਪਣ ਦੋਗੇ ਹਾਂ ਹੋਰ ਦੂਸਰੇ ਨੰਬਰ ਤਾਂ ਮੈਂ ਕਹ ਲਿਆ ਕਰਨਾ ਚਾਹਨਾਂ WhatsApp ਨੰਬਰ ਮੇਰਾ ਜਿਹੜਾ ਆਪਣਾ ਨੰਬਰ ਮੇਰਾ ਚੱਲਦਾ ਪਿਆ ਨੇ ਐਸੇ ਤੇ ਮੈਂ WhatsApp ਨੰਬਰ ਬਣਾ ਦਿੱਤਾ ਆਪਣਾ ਠੀਕ ਹੈ ਜੀ ਜਿਸ ਬੰਦੇ ਨੇ ਕੋਈ ਕਾਲ ਕਰਨੀ ਪਾਕਿਸਤਾਨ ਚੋਂ ਬਾਹਰੋਂ ਪਾਕਿਸਤਾਨ ਚੋਂ ਅਸੂੰ ਤੁਸੀਂ ਗੱਲ ਕਰ ਸਕਦੇ ਹੋ WhatsApp ਨੰਬਰ ਹੈ ਮੇਰਾ ਉਹੀ ਜਿਹੜਾ ਅੱਗੇ ਨੰਬਰ ਚੱਲਦਾ ਪਿਆ ਉਹਦੇ ਤੋਂ ਮੈਂ WhatsApp ਬਣਾਤਾ ਹਾਂ ਔਰ ਜਾਇਜ਼ ਕਾਉਂਟ ਵੀ ਬਣਾਤਾ ਹੈ ਬੱਚਿਆਂ ਲਈ ਜਿਹੜੇ ਬੱਚੇ ਕਹਿੰਦੇ ਬੱਬਾ ਜੀ ਤੁਹਾਡੀ ਖਿਦਮਤ ਕਰਨੀ ਹੈ ਤੁਹਾਨੂੰ ਮਠਿਆਈ ਖੁਲਾਣ ਚਾਹੁੰਦੇ ਆਂ ਯਾਰਦੀ ਦਾ ਹਿੱਸਾ ਪਾਣ ਚਾਹੁੰਦੇ ਆਂ ਲੋ ਬੱਚੋ ਉਸੇ ਨੰਬਰ ਤੇ ਮੇਰਾ ਜਾਇਜ਼ ਕਾਉਂਟ ਵੀ ਬਣ ਗਿਆ ਜੇ ਤੇ ਜਦੋਂ ਤੁਹਾਡਾ ਦਿਲ ਕਰੇ ਯਾਰਦੀ ਦਾ ਹਿੱਸਾ ਤੁਸੀਂ ਲਾਜ਼ਮ ਖੁਲਾਣ ਕਰਨਾ ਜੇ ਕੋਸ਼ਿਸ਼ ਕਰਕੇ ਜਿੰਨੇ ਅਸਬਤ ਫੀ ਲੋ ਬੱਚੋ ਹੈ ਹੁਣ ਤੁਸੀਂ ਗੱਲ ਪੱਲੇ ਬੰਨ ਲਓ ਵੀ ਚੰਨ ਦੀ 10 ਤਰੀਕ ਨੂੰ ਯਾਰਮੀ ਹੁੰਦੀ ਹੈ ਤੇ ਤੁਸੀਂ ਯਾਰਮੀ ਸਭ ਪਾਣਾ ਕਰਨਾ ਲਾਜ਼ਮ ਜਿਹੜੇ ਖਾਸ ਤੌਰ ਤੇ ਮੇਰੇ ਸ਼ਹਿਰ ਦੇ ਆਪਣੇ ਮੈਨੂੰ ਸਤਾਹਰ ਮੰਨਦੇ ਨੇ ਤੇ ਉਹਨਾਂ ਦਾ ਤੇ ਲਾਜ਼ਮ ਉਹਨਾਂ ਦਾ ਮੈਂ ਜ਼ਰੂਰ ਉਹਨਾਂ ਨੂੰ ਤਕੀਦ ਕਰ ਰਿਹਾ ਮੈਂ ਤੁਸੀਂ ਹਰ ਯਾਰਮੀ ਯਾਰਮੀ 8 ਤੋਂ 9 ਤਰੀਕ ਤੱਕ ਤੁਸੀਂ ਜਿੰਨਾ ਸਵੈਥ ਵੀ ਘਲਾਣੇ ਕਰਨੇ ਯਾਰਮੀ ਸਭ ਘਲਾਦਣਾ ਕਰਨਾ ਐਸੇ ਮੇਰੇ ਜਾਜ਼ ਕਾਉਂਟ ਮੈਂ ਬਣਾ ਦਿੱਤਾ ਐਸੇ ਨੰਬਰ ਜਿਹੜਾ ਮੇਰਾ ਨੰਬਰ ਚੱਲ ਰਿਹਾ ਲੋ ਬੱਚੋ ਫਿਰ ਇਹਨੂੰ ਯਾਦ ਰੱਖੋ ਫਿਰ ਅਸਲਾਮੁਅਲੈਕਮ ਜੀ ਬਾਬਾ ਜੀ